ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਵਨੀਤ ਕਿਚਨ ਵਲੌਗ। ਅਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਉਹ ਹੈਗੀ ਜੀ ਖਿਚੜੀ। ਅਤੇ ਇਹ ਖਿਚੜੀ ਹੈਗੀ, ਤੁਸੀਂ ਸਾਹਮਣੇ ਦੇਖ ਸਕਦੇ ਸਾਡੇ ਕੋਲ ਬਾਜਰਾ ਮਿਲਟ ਨੇ, ਬਾਜਰੇ ਦੀ ਖਿਚੜੀ ਬਣਾਵਾਂਗੇ। ਅਤੇ ਬਾਜਰੇ ਦੀ ਖਿਚੜੀ ਬਣਾਉਣ ਵਾਸਤੇ ਜਿਹੜੇ ਆ ਕਿ ਬਾਜਰਾ ਛੇਤੀ ਗਲਦਾ ਨਹੀਂ ਆ ਅਤੇ ਕਾਫੀ ਹਾਰਡ ਹੁੰਦਾ, ਅਤੇ ਇਹਨੂੰ ਆਪਾਂ ਜਿਹੜਾ 7-8 ਘੰਟੇ ਪਹਿਲਾਂ ਪਾਣੀ 'ਚ ਭਿਉਂ ਲਾਂਗੇ। ਪਹਿਲਾਂ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਧੋ ਲਾਂਗੇ। ਚੰਗੀ ਤਰ੍ਹਾਂ ਮਲ ਕੇ 3-4 ਪਾਣੀ 'ਚ ਧੋ ਲਓ। ਫਿਰ ਆਪਾਂ ਇਹਨੂੰ ਜਿਹੜਾ 7-8 ਘੰਟੇ ਦੀ ਪਾਣੀ ਦੇ ਵਿੱਚ ਡੁਬੋ ਕੇ ਰੱਖ ਲਾਂਗੇ। ਸਾਫ ਹੋ ਗਿਆ ਪਰ ਫਿਰ ਵੀ ਥੋੜ੍ਹਾ ਜਿਹਾ ਲਓ ਜੀ, ਇਹਨੂੰ ਪਟਾ ਕੇ ਰੱਖ ਦਿੰਦੇ ਹਾਂ। ਅਤੇ ਫਿਰ 7-8 ਘੰਟੇ ਬਾਅਦ ਆਪਾਂ ਜਿਹੜੀ ਅੱਤੋਂ ਖਿਚੜੀ ਬਣਾਵਾਂਗੇ। ਪਾਣੀ ਸਾਰਾ ਆਪਾਂ ਬਾਜਰੇ 'ਚ ਕੱਢ ਦਾਂਗੇ, ਕੱਢ ਕੇ ਅਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਪੀਸ ਲਾਂਗੇ, ਬਹੁਤ ਜ਼ਿਆਦਾ ਨਹੀਂ, ਨਹੀਂ ਤਾਂ ਆਪਾਂ ਜਿਹੜਾ ਆ ਹੁੰਦਾ ਆ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹਨੂੰ ਕਹਿੰਦੇ ਆਪਾਂ ਜਿਹੜਾ ਹੁੰਦਾ ਕੁੱਟਣ ਵਾਲਾ ਡੰਡਾ ਗੁੰਡਾ, ਕਈ ਲੋਕ ਡੰਡਾ ਕੀ ਸੋਟੀ ਗੁੰਡਾ ਬੋਲਦੇ, ਪਰ ਅਸੀਂ ਜਿਹੜਾ ਉਹਨੂੰ ਆ ਡੰਡਾ ਗੁੰਡਾ ਬੋਲਦੇ ਹਾਂ। ਉਹਦੇ 'ਚ ਤੁਸੀਂ ਥੋੜ੍ਹਾ ਜਿਹਾ ਪੀਸ ਸਕਦੇ ਜੇ ਉਹਦੇ ਨਾਲ, ਅਤੇ ਪਰ ਆਪਾਂ ਜਿਹੜਾ ਇਹ ਸੌਖੇ ਤਰੀਕੇ ਨਾਲ ਆਪਾਂ ਮਿਕਸੀ ਦੇ ਵਿੱਚ ਥੋੜ੍ਹਾ ਜਿਹਾ ਚਲਾ ਲਾਂਗੇ, ਬਹੁਤ ਜ਼ਿਆਦਾ ਨਹੀਂ, ਥੋੜ੍ਹਾ ਥੋੜ੍ਹਾ ਆਪਾਂ ਕਰਕੇ। ਲਓ ਜੀ ਆਪਾਂ ਹੁਣ ਬਾਜਰਾ ਜਿਹੜਾ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਇਹਨੂੰ ਥੋੜ੍ਹਾ, ਬਹੁਤ ਜ਼ਿਆਦਾ ਨਹੀਂ ਆਪਾਂ ਕਰਨਾ ਇਹਨੂੰ ਗ੍ਰਾਇੰਡ, ਥੋੜ੍ਹਾ ਥੋੜ੍ਹਾ ਜਿਹਾ ਮਾੜਾ ਜਿਹਾ ਹਲਕਾ ਜਿਹਾ, ਕਿਉਂਕਿ ਜੇ ਇਸ ਤਰ੍ਹਾਂ ਫਿਰ ਉਹ ਕਈ ਵਾਰ ਗਲਦਾ ਵੀ ਨਹੀਂ ਆ, ਅਤੇ ਜਿਹੜਾ ਜਿਹਨੂੰ ਆਪਾਂ ਕਹਿੰਦੇ ਮਿਲਦਾ ਨਹੀਂ ਆ ਪਾਣੀ ਜਿਹਾ ਲੱਗ, ਅਤੇ ਬਾਜਰਾ ਲੱਗ ਰਹਿੰਦਾ ਫਿਰ ਖਿਚੜੀ ਦਾ। ਬਸ ਇਸ ਤਰ੍ਹਾਂ ਦਾ ਹੀ ਕਰਨਾ, ਵਿੱਚ ਦਾਣੇ ਵੀ ਰਹਿ ਜਾਣ ਅਤੇ ਥੋੜ੍ਹਾ ਥੋੜ੍ਹਾ ਉਹ ਵੀ ਹੋ ਜੇ। ਤੁਸੀਂ ਦੇਖ ਸਕਦੇ ਜੀ ਕਿਸ ਤਰ੍ਹਾਂ ਦਾ, ਇਹਨੂੰ ਆਪਾਂ ਹੁਣ ਇੱਕ ਭਾਂਡੇ 'ਚ ਕੱਢੀ ਜਾਵਾਂਗੇ ਕਰਕੇ। ਲਓ ਜੀ ਬਾਜਰਾ ਆਪਾਂ ਜਿਹੜਾ ਇਸ ਤਰ੍ਹਾਂ ਪੀਸ ਲਿਆ ਥੋੜ੍ਹਾ ਜਿਹਾ ਦਰਦਰਾ ਜਿਹਾ, ਅਤੇ ਇੱਧਰ ਆਪਾਂ ਹੁਣ ਜਿਸ ਤਰ੍ਹਾਂ 1.5 ਕੱਪ ਬਾਜਰੇ ਦਾ ਅਤੇ 1.5 ਕੱਪ ਹੀ ਆਪਾਂ ਜਿਹੜੀ ਆ ਮੂੰਗੀ ਦੀ ਦਾਲ, ਭਾਵੇਂ ਧੋਤੀ ਲੈ ਲਓ ਭਾਵੇਂ ਇਸ ਤਰ੍ਹਾਂ ਦੀ ਸਿਲਕੇ ਵਾਲੀ ਲੈ ਲਓ, ਇਹ ਦਲੀ ਦਾਲ ਆ ਇਹ ਪਾਵਾਂਗੇ। ਇਹਨੂੰ ਅਸੀਂ ਧੋ ਲੈਂਦੇ ਪਹਿਲਾਂ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਧੋ ਲਓ। ਇਹਨੂੰ ਪਹਿਲਾਂ ਭਿਉਂ ਕੇ ਰੱਖਣ ਦੀ ਲੋੜ ਨਹੀਂ, ਜਿਸ ਤਰ੍ਹਾਂ ਆਪਾਂ ਦਲੀਏ ਨੂੰ 7-8 ਘੰਟੇ ਭਿਉਂ ਕੇ ਰੱਖਿਆ ਉਹਨੂੰ ਬਾਜਰੇ ਨੂੰ, ਅਤੇ ਇਹਨੂੰ ਇੰਨੀ ਦੇਰ ਰੱਖਣ ਦੀ ਲੋੜ ਨਹੀਂ ਹੈ। ਇਹ ਆਪਾਂ ਇਸ ਤਰ੍ਹਾਂ ਸਿੱਧੀ ਲੈ ਸਕਦੇ ਹਾਂ, ਯਾਨੀ ਕਿ ਭਿਉਣ ਦੀ ਲੋੜ ਨਹੀਂ ਆ ਪਾਣੀ 'ਚ, ਬਸ ਧੋਣਾ ਹੀ ਆ ਆਪਾਂ ਇਹਨੂੰ। ਪਾਣੀ ਬਰਫ਼ ਵਰਗਾ ਠੰਡਾ ਠੰਡਾ ਬਰਫ਼ ਵਰਗਾ ਪਾਣੀ। ਲਓ ਜੀ ਬਾਜਰੇ ਦੀ ਖਿਚੜੀ ਆਪਾਂ, ਜਿਹੜੀ ਮੂੰਗੀ ਦੀ ਦਾਲ ਅਤੇ ਬਾਜਰੇ ਦੀ ਖਿਚੜੀ ਆਪਾਂ ਬਣਾਵਾਂਗੇ ਕੁੱਕਰ ਵਿੱਚ। ਕੁੱਕਰ ਥੋੜ੍ਹਾ ਗਰਮ ਹੋ ਜਾਏ ਅਤੇ ਫਿਰ ਆਪਾਂ ਲਾਉਂਦੇ ਤੜਕਾ ਜੀਰੇ ਦਾ। ਲਓ ਜੀ ਆਪਾਂ ਬੜੇ ਆਸਾਨ ਤਰੀਕੇ ਨਾਲ ਇਹ ਖਿਚੜੀ ਬਣਾਵਾਂਗੇ। ਕੜਛੀ ਆਪਾਂ ਜਿਹੜੀ ਆ ਦੇਸੀ ਘਿਓ ਪਾ ਲਓ, ਭਾਵੇਂ ਰਿਫਾਇੰਡ ਪਾ ਲਓ, ਜਿਹੜਾ ਵੀ ਤੁਹਾਨੂੰ ਪਸੰਦ ਆ ਕੁਛ ਵੀ ਪਾ ਲਓ। ਅਤੇ ਗਰਮ ਹੋਣ 'ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ। ਜੀਰੇ ਨਾਲ ਵੀ ਪਾ ਦਾਂਗੇ ਸਬਜ਼ੀ ਕਲਰ ਵਾਸਤੇ,
नमक स्वाद अनुसार। थोड़ी जी लाल मिर्च, हम अस पाएंगे दाल धो के रखेंगे। कर दें पानी है पानी पानी असं जिस तरह डेढ़ कौली आप लिया, डेढ़ कप लिया बाजरा तो डेढ़ कप ही आप मूंगी की दाल ली है, तो ये जोड़ा अठ कप पानी दवाओगे। बंद कर दें, लिड़ लगा के पका लेंगे, तेल पीसलों करवा लेंगे, फिर उस तो बाद जो गलिया होगा ठीक है, नहीं तो फिर आप जो थोड़ी टाइम इनू खुले रख के भी पका लेंगे। लो जी हूँ आप तीन विसल आने तो बाद तीन या चार, कई बार ये है कि साडा कुकर जो बड़ी जल्दी जल्दी विसल मार दिता, सो आप जी तीन या चार विसल आने तो बाद जे ता कुकर लेट सीटी मारदा या लेट विसल मारदा तो फिर दो बाद चैक कर लो, क्योंकि कई बार होंगे कि बाजरा जोड़ा वो लग जाता है थले लग जाता सड़ जाता है, सो ये तुम अपने हिसाब ना देख लियो किवें दा हिसाब किताब तुहाडे कुकर दा जो भी तुम बोलते हो। चलो जी आप करते हैं तीन विसल आने तो बाद चैक। लो जी तीन विसल हो गई, तो आप हम कुकर में जोड़ा थले उतार लें, देख सकते कि वधिया बन गया बाजरा, तो दाल के नाल है कि जो बाजरा तो ज़्यादा टाइम लगता दाल जल्दी हो जाती है, तो जे आप कल्ली बाजरे की बनाने तो वह फिर थोड़ा ना पानी जहा अलग रहा, तो वो करके आप जनू जरा थोड़ा जहा कुट लिया ही गलिया बाजरा। लो जी हम आप कर दें सर्व, गर्म गर्म खाओ खिचड़ी। उपर असं ये पावे देसी घ्यो, जी बाजरे ते दाल दी खिचड़ी बन के तैयार है। जे रेसिपी चंगी लगी तो लाइक शेयर ते कमेंट जरूर करियो, चैनल ते पहली बार आए जे ते चैनल नू सब्सक्राइब करके जरूर जायो। थैंक यू, तुहाडे सारे दा वीडियो देखने लई मिलदे आ नैक्सट डे नैक्सट वीडियो नू।